ਹਾਂਜੀ ਮੈਂ ਦਿਵਿਆ ਪੰਜਾਬ ਬਠਿੰਡਾ ਤੋਂ ਡਿਸਟ੍ਰਿਕਟ ਚੀਫ ਬਿਊਰੋ ਰਾਜੇਸ਼ ਗੋਇਲ। ਅੱਜ ਤੁਹਾਡੀ ਮੁਲਾਕਾਤ ਬਠਿੰਡਾ ਸ਼ਿਵ ਸੈਨਾ ਤੋਂ ਪ੍ਰਭਾਵਸ਼ਾਲੀ ਕੈਂਡੀਡੇਟ ਸ਼੍ਰੀ ਸੁਖਚੈਨ ਸਿੰਘ ਭਾਰਗੋ ਸਾਹਿਬ ਨਾਲ ਕਰਵਾਉਣ ਜਾ ਰਹੇ ਹਾਂ। ਚਲੋ ਆਪਾਂ ਦੇਖਦੇ ਹਾਂ ਕਿ ਭਾਰਗੋ ਸਾਹਿਬ ਕਿਸ ਮੁੱਦੇ ਨੂੰ ਲੈ ਕੇ ਬਠਿੰਡਾ 'ਚ ਚੋਣ ਅਖਾੜੇ ਵਿੱਚ ਉਤਰੇ ਹੈ। ਸ਼੍ਰੀ ਭਾਰਗੋ ਸਾਹਿਬ, ਤੁਸੀਂ ਕਿਹੜੀ ਪਾਰਟੀ ਵੱਲੋਂ ਲਿਖੀ? ਸ਼ਿਵ ਸੈਨਾ ਹਿੰਦੁਸਤਾਨ, ਹਿੰਦੁਸਤਾਨ ਸ਼ਕਤੀ ਸੈਨਾ ਵੱਲੋਂ ਲੜ ਰਿਹਾ, ਸਾਡਾ ਚੁਣਾਵ ਅਨੁਸਾਰ ਨਾਰੀਅਲ ਹੈਗਾ। ਤੁਸੀਂ ਕਿਸ ਮੁੱਦੇ ਨੂੰ ਲੈ ਕੇ ਬਠਿੰਡਾ ਦੇ ਵਿੱਚ ਚੋਣ ਅਖਾੜੇ 'ਚ ਉਤਰਨ ਦਾ ਫੈਸਲਾ ਲਿਆ? ਭ੍ਰਿਸ਼ਟਾਚਾਰ ਹੋ ਗਿਆ, ਬੇਰੁਜ਼ਗਾਰੀ ਹੋ ਗਿਆ, ਔਰ ਨਸ਼ਾਖੋਰੀ ਜੋ ਵੀ ਹੈਗਾ, ਸਾਰੇ ਮੁੱਦੇ ਆਪਣੇ ਹੈਗੇ, ਜਿੰਨਾ ਵੀ ਗਲਤ ਕੰਮ ਸਮਾਜ 'ਚ ਹੁੰਦਾ ਸਾਰੇ ਮੁੱਦੇ ਆਪਣੇ ਨਾਲ ਹੈਗਾ, ਆਪਾਂ ਖਤਮ ਕਰਨਾ ਚਾਹੁੰਦੇ ਹਾਂ, ਜਿਹੜੇ ਆਪਣੇ ਬੇਰੁਜ਼ਗਾਰ ਹੈ ਔਰ ਹੋਰ ਵੀ ਜਿਹੜੇ ਹੈਗੇ ਆਪਣੇ ਅੱਤਿਆਚਾਰ ਲੋਕਾਂ ਨਾਲ ਹੋ ਰਿਹਾ, ਸਾਰੇ ਮੁੱਦੇ ਆਪਣੇ ਨਾਲ ਹੈਗਾ, ਆਪਾਂ ਸਾਰੇ ਖਤਮ ਕਰਨਾ ਚਾਹੁੰਦੇ ਹਾਂ। ਤੁਹਾਨੂੰ ਕੀ ਲੱਗਦਾ ਕਿ ਬਠਿੰਡਾ ਦੇ ਵਿੱਚ ਐਡੇ ਐਡੇ ਮਹਾਰਥੀ ਖੜ੍ਹੇ ਹੋਏ ਨੇ, ਮਨਪ੍ਰੀਤ ਬਾਦਲ ਹੈ ਕਾਂਗਰਸ ਵੱਲੋਂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰੂਪ ਚੰਦ ਸਿੰਗਲ ਹੈ ਜੋ ਕਿ ਪੁਰਾਣੇ ਮੰਝੇ ਹੋਏ ਖਿਲਾੜੀ ਨੇ, ਤਾਂ ਤੁਹਾਨੂੰ ਲੱਗਦਾ ਕਿ ਤੁਸੀਂ ਇਹਨਾਂ ਨੂੰ ਟੱਕਰ ਦੇ ਪਾਓਗੇ? ਦੇਖੋ ਜੀ, ਇਹ ਤਾਂ ਹੈਗੇ ਤਾਂ ਕੋਈ ਖਾ, ਉਹ ਤਾਂ ਗੱਲ ਹੈ ਨਹੀਂ, ਤਾਂ ਵੱਡੇ ਹੈਗੇ, ਵੱਡੇ ਲੀਡਰ ਹੈਗੇ, ਹਰ ਤਰ੍ਹਾਂ ਦੇ ਸਕਸ਼ਮ ਹੈਗੇ, ਹਰ ਪੈਸਾ ਇਹਨਾਂ ਦੇ ਕੋਲ ਹੈਗੇ, ਲੇਕਿਨ ਇਹ ਤਾਂ ਸਾਨੂੰ ਪਤਾ ਹੈਗਾ, ਇੰਨਾ ਹੋਣ ਤੋਂ ਬਾਵਜੂਦ ਵੀ ਆਪਣਾ ਬਠਿੰਡਾ ਵਾਸੀਆਂ ਨਾਲ ਕੋਈ ਕੰਮ ਇਹਨਾਂ ਨੇ ਕੀਤਾ ਨਹੀਂ, ਆਪਦਾ ਹੀ ਭਲਾ ਸੋਚਦੇ, ਆਪਦੇ ਹੀ ਵੱਡੇ ਪੱਧਰ 'ਤੇ ਪਹੁੰਚ ਚੁੱਕੇ, ਲੇਕਿਨ ਹਮਾਰੇ ਬਠਿੰਡਾ ਵਾਸੀਆਂ ਨਾਲ ਕੁਛ ਨਹੀਂ ਕੀਤਾ ਉਹਨਾਂ ਵਾਸਤੇ। ਤੁਸੀਂ ਜੇ ਤੁਹਾਡੀ ਸਰਕਾਰ ਪੰਜਾਬ ਦੇ ਵਿੱਚ ਆਉਂਦੀ ਹੈ ਸ਼ਿਵ ਸੈਨਾ ਦੀ, ਤਾਂ ਤੁਸੀਂ ਕੀ ਨਵੇਂ ਪ੍ਰੋਜੈਕਟ ਲੈ ਕੇ ਆਉਂਗੇ ਵਾਸੀਆਂ? ਦੇਖੋ ਜੀ, ਜਿਹੜੇ ਹੈਗੇ ਬੇਰੁਜ਼ਗਾਰੀ ਖਤਮ ਕਰਨਾ ਹੈਗਾ, ਜਿਹੜਾ ਭ੍ਰਿਸ਼ਟਾਚਾਰ ਉਹ ਖਤਮ ਕਰਨਾ, ਨਸ਼ਾ ਬੰਦ ਕਰਨਾ ਹੈਗਾ, ਹੋਰ ਵੀ ਜਿਹੜੇ ਆਪਣੇ ਹੋ ਰਿਹਾ ਦੁਸ਼ਕਰਮ ਲੋਕਾਂ ਨਾਲ ਗਲਤ ਕੰਮ ਹੋ ਜਾਂਦੇ, ਸਾਰੇ ਆਪਾਂ ਖਤਮ ਕਰਾਂਗੇ। ਇਹਨਾਂ ਦਾ ਕੀ ਹੈਗਾ, ਇਹਨਾਂ ਦਾ ਆਪਦਾ ਰਾਜਨੀਤਿਕ ਮੁੱਦੇ ਹੁੰਦੇ ਹੈਗੇ, ਜਿਹੜੇ ਆਪਣੇ ਆਜ਼ਾਦ ਉਮੀਦਵਾਰ ਵੀ ਖੜ੍ਹੇ ਹੋਏ ਸੀਗੇ EMC ਚੁਣਾਵ 'ਚ, ਇਹਨਾਂ ਨਾਲ ਵੀ ਧੋਖਾਧੜੀ ਹੋਇਆ ਹੋਇਆ, ਔਰ ਹੁਣ 10 ਸਾਲ ਹੋ ਗਏ ਇਹਨਾਂ ਨੂੰ ਕਰਦੇ ਹੋਏ, ਸਰਕਾਰ ਦੇ ਜਿੱਤੇ ਹੋਏ ਹੈਗੇ ਅਕਾਲੀ ਦਲ ਵਾਲੇ, ਲੇਕਿਨ ਅੱਜ ਤੱਕ ਆਪਣੇ ਬਠਿੰਡਾ ਵਾਸੀਆਂ ਵਾਸਤੇ ਕੋਈ ਵਾਰਡ ਦਾ ਕੰਮ ਹੋਇਆ ਨਹੀਂ, ਜਿੱਥੇ ਲੋੜ ਸੀਗਾ ਉੱਥੇ ਕੁਛ ਵੀ ਨਹੀਂ ਕੀਤਾ ਰਹੇ ਨੇ, ਜਿੱਥੇ ਨਹੀਂ ਲੋੜ ਸੀਗਾ ਉੱਥੇ ਪੱਕੀ ਸੜਕਾਂ ਜਿਵੇਂ ਹੈਗਾ ਪੁੱਡੇ ਵਾਲੇ ਨੇ ਬਣਾ ਰੱਖਿਆ ਹੈਗਾ, ਹੁਣ ਮੈਂ ਜਾ ਕੇ ਦੇਖਿਆ ਆਪਣੇ ਵਾਰਡ 'ਚ, ਮੇਰਾ ਤਾਂ ਦੂਰ ਤੋਂ ਦੂਰ ਜਾਂਦੇ ਹੁੰਦੇ ਹੈ, ਜਿਹੜਾ ਬਣਨਾ ਸੀਗਾ ਅੱਜ ਤੋਂ 1-2 ਸਾਲ 10-5 ਸਾਲ ਪਹਿਲੇ ਬਣਨਾ ਸੀਗਾ, ਹੁਣ ਪਟਾ ਰੱਖਿਆ ਇਹਨਾਂ ਨੇ ਸਾਰਾ ਸੀਵਰਾ, ਔਰ ਮੈਂ ਸਾਰੇ MCOs ਨੂੰ ਅਪੀਲ ਕਰਨਾ ਚਾਹੁੰਦਾ, ਇੱਕ ਵਾਰ ਹਿੰਦੁਸਤਾਨ ਸ਼ਕਤੀ ਸੈਨਾ ਨੂੰ ਚੁਣਾਵ 'ਚ ਨਾਰੀਅਲ ਦਾ ਬਟਨ ਦਵਾਵੇ ਔਰ ਜਿਤਾਵਾਂ, ਮੈਨੂੰ ਮੈਂ ਦਾਅਵਾ ਕਰਦਾ ਕਿ ਆਪਣੇ ਜਿੰਨੇ ਵੀ MC ਭਰਾ ਹੈਗੇ, ਜਿਹੜੀ ਸਮੱਸਿਆ ਸਾਰਾ ਹੱਲ ਕਰਾਂਗੇ, ਸਾਨੂੰ ਇੱਕ ਵਾਰ ਮੌਕਾ ਸੇਵਾ ਕਰਨ ਦਾ ਮੌਕਾ ਦੇ, ਬਠਿੰਡਾ ਵਾਸੀਆਂ ਤੋਂ ਵੀ ਅਪੀਲ ਕਰਨਾ ਸਾਡਾ ਸਹਿਯੋਗ ਕਰੇ, ਔਰ ਜਿਹੜਾ ਇਹਨਾਂ ਦਾ MCOs ਨਾਲ ਵੀ ਧੱਕਾ ਹੁੰਦਾ, ਆਪਾਂ ਕਿਸੇ ਨਾਲ ਧੱਕਾ ਬਰਦਾਸ਼ਤ ਨਹੀਂ ਕਰਾਂਗੇ, ਸਾਡੀ ਪਾਰਟੀ ਨਹੀਂ ਕਰੂਗੀ।